ਅਸਲਾਮੁਆਲਿਕੁਮ ਵ ਰਹਿਮਤੁਲ ਲਾਹਿ ਬਰਕਾਤੁ ਅੱਛਾ ਜੀ ਅੱਜ ਅਸੀਂ ਗੱਲ ਕਰਨ ਲੱਗੇ ਆ ਫੇਸਬੁਕ ਫਰੈਂਡਸ ਇਹ ਐਸੇ ਫਰੈਂਡਸ ਹੁੰਦੇ ਨੇ ਜਿਹੜੇ ਇੱਕ ਦਿਨ ਰੀਅਲ ਚ ਵੇਖ ਲੈਣਾ ਮੂੰਹ ਹੀ ਪਰਾਂ ਕਰ ਲੈਂਦੇ ਨੇ ਦੂਜੀ ਗੱਲ ਪਹਿਚਾਨਣ ਤੋਂ ਇਨਕਾਰ ਵੀ ਕਰ ਦਿੰਦੇ ਨੇ ਤੀਸਰੀ ਗੱਲ ਕਈ ਵਾਰ ਕਹਿੰਦੇ ਨੇ ਬੰਦਾ ਵੇਖਿਆ ਵੇਖ ਲੱਗਦਾ ਪਤਾ ਨਹੀਂ ਕਿੱਥੇ ਵੇਖਿਆ ਚੌਥੀ ਗੱਲ ਫਿਰ ਜ਼ੇਹਨ ਚ ਆਉਂਦੇ ਨਹੀਂ ਫੇਸਬੁਕ ਫਰੈਂਡ ਏ ਤੇ ਇਹੋ ਜਿਹੇ ਫਰੈਂਡ ਏ ਕਿ ਜਿੰਨੂੰ ਅਸੀਂ ਨਾ ਸ਼ਾਦੀ ਤੇ ਬੁਲਾਣਾ ਨਾ ਇਹਨੂੰ ਖਤਮ ਤੇ ਬੁਲਾਣਾ ਨਾ ਇਹਨੂੰ ਜ਼ਿੰਦਗੀ ਚ ਕਦੀ ਸੀ ਰੋਟੀ ਖਵਾਣੀ ਏ हां फेसबुक ਤੇ ਜ਼ਰੂਰ ਦੱਸਣਾ ਕਿ ਫਲਾਣਾ ਫਾਤ ਹੋ ਗਿਆ ਫਲਾਣੇ ਦੀ ਸ਼ਾਦੀ ਹੈ ਅਸੀਂ ਉਹ ਵੇਖ ਕੇ ਆ ਰਹੇ ਹਾਂ ਅਸੀਂ ਆਹ ਵੇਖ ਕੇ ਆ ਰਹੇ ਹਾਂ ਅਸੀਂ ਆਹ ਕਰ ਰਹੇ ਹਾਂ ਥੱਲੇ ਲੋਕ ਮੁਬਾਰਕਾਂ ਥੱਲੇ ਲੋਕ ਅਫਸੋਸ ਕਰਦੇ ਨੇ ਕੋਈ ਇਹੋ ਜੀ ਪੋਸਟ ਆ ਜੇ ਥੱਲੇ ਲੋਕ ਤੁਹਾਨੂੰ ਦੁਆਵਾਂ ਦਿੰਦੇ ਨੇ ਲੇਕਿਨ ਰੀਲ ਚ ਤਾਂ ਤੱਲਕ ਕੋਈ ਨਹੀਂ ਹੁੰਦਾ ਤੁਸੀਂ ਕਦੀ ਕੋਈ ਪੋਸਟ ਵੇਖੋ ਜਿੱਥੇ ਕੋਈ ਫਾਤਗੀ ਹੋ ਗਈ ਹੋਵੇ ਇਨ ਇਲਾਹੀ ਵੈਨੈ ਉਲਹੀ ਰਾਜੀਉਨ ਲਿਖਿਆ ਹੁੰਦਾ ਉਹਨੂੰ ਲੋਕ ਕਾਪੀ ਪੇਸਟ ਕਰਕੇ ਸੁੱਟ ਰਹੇ ਹੁੰਦੇ ਨੇ ਥੱਲੇ ਲੈਣ ਲੱਗ ਜਾਂਦੇ ਕਿਸੇ ਨੂੰ ਕਿਸੇ ਦਾ ਫਰਕ ਹੀ ਨਹੀਂ ਪੈਂਦਾ ਠੀਕ ਹੈ ਹੈਪੀ ਬਰਥਡੇ ਲੈਂ ਲੱਗੀ ਕਾਪੀ ਪੇਸ ਦੀ ਕੰਗratulations 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 ਲੈਂ ਲੱਗੀ ਹੋਈ ਹੋਈ ਕਾਪੀ ਪੇਸ ਚੋਕ ਚੋਕ ਥੱਲੇ ਮੈਂ ਆਪ ਕਰਦਾ ਕਈ ਦਫਾ ਠੀਕ ਹੈ ਤੇ ਮੈਂ ਸਾਬਤ ਇਹ ਹੋਇਆ ਕਿ ਫੇਸਬੁੱਕ ਫਰੈਂਡਸ ਜਿਹੜੇ ਨੇ ਨਾ ਇਹ ਫਰੈਂਡਸ ਫਰੈਂਡਸ ਕੋਈ ਨਹੀਂ ਹੁੰਦੇ ਇੱਕ ਐਸਾ ਪਲੇਟਫਾਰਮ ਹੈ ਜਿਹੜਾ ਤੁਹਾਡੇ ਰੀਅਲ ਲਾਈਫ ਜਿਵੇਂ ਕਿਸੇ ਚੌਕ 'ਚ ਤੁਸੀਂ ਖੜੇ ਹੋ ਤੇ ਤੁਸੀਂ ਜੋ ਕਰ ਰਹੇ ਹੋ ਹਰ ਬੰਦਾ ਤੁਹਾਡੇ ਵੱਲ ਦੇਖ ਰਿਹਾ ਹੈ ਕਿ ਇਹ ਕੀ ਕਰ ਰਿਹਾ ਤੇ ਤੰਜ਼ ਵੀ ਕਰ ਰਿਹਾ ਹੈ ਠੀਕ ਗੱਲਾਂ ਵੀ ਕਰ ਰਿਹਾ ਬੇਇੱਜ਼ਤੀ ਵੀ ਕਰ ਰਿਹਾ ਰੀਅਲ ਲਾਈਫ 'ਚ ਮਿਲਦੇ ਕੋਈ ਨਹੀਂ ਇੱਕ ਦੂਜੇ ਨੂੰ 90% ਲੋਕ ਠੀਕ ਹੈ ਮਿਲਦੇ ਹੀ ਨਹੀਂ ਹੈ ਉਹਨਾਂ ਦਾ ਤਲਕ ਹੀ ਨਹੀਂ ਆਪਸ ਚ ਹੁੰਦਾ ਵੇਖ ਵੀ ਲੈਣ ਦੇ ਬਰਾ ਮੂ ਕਰ ਲੈਂਦੇ ਨੇ ਫਿਰ ਅਕਸਰ ਵੇਖ ਕੇ ਕਿਧਰ ਨੂੰ ਕਹਣਗੇ ਉਹ ਮੁੰਡਾ ਐਡ ਮੇਰਾ ਫੇਸਬੁਕ ਮੈਂ ਵੇਖਦਾ ਪੋਸਟਾਂ ਇਹਦੀਆਂ ਬਸ ਸਾਡੇ 'ਚ ਅਨਾਵਾ ਇੰਨੀਆ ਜ਼ਿਆਦਾ ਨੇ ਕਿ ਅਸੀਂ ਵੇਖ ਕੇ ਮੂੰਹ ਮੋੜ ਲੈਨੇ ਆ ਕਿਸੇ ਤੂੰ ਸੜ ਕੇ ਕਿਸੇ ਤੇ ਗੁੱਸਾ ਕਰਕੇ ਇਸਨੂੰ ਵੈਸੇ ਹੀ ਬੁਰਾ ਸਮਝ ਕੇ ਅਗਰ ਤੁਹਾਨੂੰ ਨਹੀਂ ਬੰਦਾ ਚਾਹ ਲੱਗਦਾ ਡਿਲੀਟ ਕਰ ਦਿਓ ਫੇਸਬੁਕ ਗੱਲ ਖਤਮ ਤੁਹਾਨੂੰ ਕੌਣ ਮਜਬੂਰ ਕਰਦਾ ਕਿਸ ਨੂੰ ਫੇਸਬੁਕ ਤੇ ਰੱਖਣ ਵਾਸਤੇ ਇਹ ਐਸਾ ਪਲੈਟਫਾਰਮ ਹੈ ਜਨਾਬ ਜਿਹਦੇ ਦੋਸਤ ਮੇਰੇ ਹਿਸਾਬ ਨਾਲ ਫੇਸਬੁਕ ਫਰੈਂਡ ਨਹੀਂ ਗਹਿਣਾ ਚਾਹੀਦਾ ਠੀਕ ਹੈ ਫਰੈਂਡ ਰਿਕਵੈਸਟ ਐਵੇਂ ਤੋਂ ਗਲਤ ਹੈ ਫਰੈਂਡਸ ਤੇ ਬਾਣਦੇ ਨਹੀਂ ਥੇ ਲੋਕ ਲੋਕ ਤੇ ਆਂਦੇ ਨੇ ਆਪਣਾ ਆਪ ਵਖਾਣ ਵਾਸਤੇ ਮੈਂ ਕੀ ਕਰ ਰਿਹਾ ਮੈਂ ਕੀ ਖਾ ਰਿਹਾ 90% ਬੰਦੇ ਇਹੋ ਜਿਹੇ ਨੇ ਵਿੱਚ ਜਿਹੜੇ ਜਨਾਬ ਜਿੱਥੇ ਰੋਟੀ ਖਾਣਗੇ ਫੌਰੀ ਫੇਸਬੁਕ ਤੇ ਉਹ ਗਰੀਬਾਂ ਦਾ ਵੀ ਦਿਲ ਤੋੜ ਦਿੰਦੇ ਹੋ ਜਿਹੜੇ ਮਾੜੇ ਵਿਚਾਰੇ ਜਿਹੜੇ ਹੋਟਲਾਂ ਤੇ ਨਹੀਂ ਜਾ ਸਕਦੇ ਮੇਰੇ ਬੜੇ ਐਸੇ ਫੇਸਬੁਕ ਫਰੈਂਡਸ ਨੇ ਜਿਹੜੇ ਜਨਾਬ ਲਾਂਦੇ ਹੀ ਰੋਟੀ ਨੇ ਹੋਰ ਕੋਈ ਸ਼ਾਇਦ ਲਾਂਦੇ ਹੀ ਨਹੀਂ ਉਹ ਜਾਂਦੇ ਹੀ ਹੋਟਲਾਂ ਦੇ ਉਹਨਾਂ ਦੇ ਦੂਸਰੇ ਤੀਸੇ ਦਿਨ ਹੋਟਲਿੰਗ ਹੋਣੀ ਹੁੰਦੀ ਹੈ ਠੀਕ ਹੈ ਉਹ ਜਨਾਬ ਉਹ ਜਿਹੜੇ ਮਾੜੇ ਦੇ ਅਲ ਦੇ ਬੰਦੇ ਮੇਰੇ ਵਰਗੇ ਵਿਚਾਰੇ ਉਹ ਵੇਚਦੇ ਨੇ ਕਹਿੰਦੇ ਨਹੀਂ ਯਾਰ ਅਸੀਂ ਪਤਾ ਨਹੀਂ ਕਦੋਂ ਰੋਟੀ ਖਾਣੀ ਇੱਥੇ ਹੈਣਗੇ ਹੋਣਗੇ ਨਾ ਮੇਰੇ ਵਰਗੇ ਕਈ ਇੱਥੇ ਨਾ ਕਰਿਆ ਕਰੋ ਕਿਉਂ ਬਾਕੀਆਂ ਦੇ ਦਿਲ ਵੀ ਸਾੜ ਦਿਓ ਤੁਸੀਂ ਹਰ ਬੰਦਾ ਨਹੀਂ ਕਰ ਸਕਦਾ ਠੀਕ ਹੈ ਆਪਣੀ WhatsApp ਤੇ ਲਾ ਲਿਆ ਕਰੋ ਤੁਹਾਡੇ ਪਰਸਨਲ ਦੋਸਤੋ ਚ ਐਡ ਹੁੰਦੇ ਨੇ ਜਿਹੜੇ ਤੁਹਾਡੇ ਰੀਅਲ ਲਾਈਫ ਦੇ ਦੇ ਕੰਟੈਕਟਸ ਤੁਹਾਡੇ ਹੁੰਦੇ ਨੇ ਠੀਕ ਹੈ Facebook ਤੇ ਹੋਈਆਂ ਚੀਜ਼ਾਂ ਲਾਣੀਆਂ ਤੁਸੀਂ ਕਿਤੇ ਸਫਰ ਕਰ ਰਹੇ ਹੋ ਲਾਓ ਕੋਈ ਮਸਲਾ ਨਹੀਂ ਹੈ ਠੀਕ ਹੈ ਅਲhamdulillah ਮਾਈ ਨਿਊ ਕਾਰ ਅਲhamdulillah ਮਾਈ ਨਿਊ ਫੋਨ ਤੁਸੀਂ ਅੱਲਾ ਦਾ ਸ਼ੁਕਰ ਨਹੀਂ ਅਦਾ ਕਰ ਰਹੇ ਹੁੰਦੇ ਮੇਰੇ ਹਿਸਾਬ ਨਾਲ ਕਰ ਵੀ ਰਹੇ ਹੋਗੇ ਲੇਕਿਨ ਗੱਲ ਇਹ ਹੁੰਦੀ ਤੁਸੀਂ ਵਖਾ ਰਹੇ ਹੁੰਦੇ ਕਿ ਮੈਂ ਆ ਲੈ ਲਈ ਜੇ ਵੇਖ ਲਓ ਸ਼ਰੀਕੋ ਅਸਲ ਗੱਲ ਹੈ ਵੇ ਹੋਰ ਫੇਸਬੁੱਕ ਦਾ ਕੋਈ ਗੱਲ ਨਹੀਂ ਹੈ ਫੇਸਬੁੱਕ ਅਸਲ ਜੇ ਫੇਸਬੁੱਕ ਜਿਹੜਾ ਹੈ ਨਾ ਉਹ ਹੋਣਾ ਚਾਹੀਦਾ ਫੇਸ ਲੁੱਕ ਠੀਕ ਹੈ ਤੁਸੀਂ ਆਪਣਾ ਆਪ ਵਖਾ ਆ ਰਹੇ ਹੋ ਬਲਕਿ ਲੁੱਕ एवरीथिंग ਆਈ ਹੈਵ ਸਭ ਕੁਝ ਵੇਖੋ ਜੋ ਮੇਰੇ ਕੋਲ ਹੈ ਜੇ ਇਹ ਵੀ ਹੈ ਜੇ ਇਹ ਵੀ ਹੈ ਜੇ ਮੈਂ ਆ ਵੀ ਲਿਆ ਜੇ ਆ ਵੀ ਲਿਆ ਜੇ ਫੇਸਬੁੱਕ ਤੇ ਐਸ਼ ਹੈ ਜੇ ਫਰੈਂਡ ਕਹਿਣਾ ਕੋ ਬਣਦਾ ਨਹੀਂ ਮੇਰੇ ਹਿਸਾਬ ਨਾਲ ਖੈਰ ਇਜਾਜ਼ਤ ਦਿਓ ਜੀ ਉਮੀਦ ਹੈ ਕਿ ਮੈਂ ਫੇਸਬੁਕ ਨੂੰ ਜ਼ਰਾ ਅੱਛੀ ਤਰ੍ਹਾਂ ਛਾਂਟੀ ਕਰਕੇ ਤੁਹਾਨੂੰ ਦੱਸਿਆ ਹੋਇਆ ਗੱਲਾਂ ਤੇ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਵੀ ਆਉਂਦੀ ਰਹਿਣਗੇ ਉਰਦੂ ਆਵਾਜ਼ ਮੇਰੇ ਚੈਨਲ ਤੇ ਇਨਸ਼ਾਅੱਲਾ ਜਲਦ ਹੀ ਸੁਣਨ ਲਈ ਸਾਰਜੇ ਵਸੀਮ ਕਹਲੋ ਨੂੰ ਜਜ਼ਾਕ ਅੱਲਾ ਜੀ ਅਸਲਾਮੁਅਲੈਕੁਮ ਵ ਰਹਿਮਤੁਲ ਲਾਹੀ ਵ ਬਰਕਾਤੋ